ਪੰਜਾਬੀ 뮤직 ਇੰਡਸਟਰੀ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਵੱਡੀ ਖਬਰ ਹੈ ਪੰਜਾਬੀ ਸਿੰਗਰ ਸ਼ੈਰੀ ਮਾਨ ਬਾਰੇ। ਦੱਸ ਦਈਏ ਸ਼ੈਰੀ ਮਾਨ ਦੇ ਫੈਨਸ ਨੂੰ ਸੁਣ ਕੇ ਬਹੁਤ ਦੁੱਖ ਹੋਵੇਗਾ ਕਿ ਸ਼ੈਰੀ ਮਾਨ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ, ਜਿਸ ਬਾਰੇ ਕਿ ਉਹਨਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨੂੰ ਜਾਣਕਾਰੀ ਦਿੱਤੀ। ਦੱਸ ਦਈਏ ਇੰਨੀ ਦਿਨੀ ਸ਼ੈਰੀ ਮਾਨ ਆਪਣੇ ਸ਼ੋਜ਼ ਲਈ ਅਬਰੋਡ ਗਏ ਹੋਏ ਨੇ, ਜਿੱਥੋਂ ਕਿ ਉਹਨਾਂ ਮੇਰੀ ਬੇਬੇ ਐਲਬਮ ਰਿਲੀਜ਼ਿੰਗ ਟਾਈਮ ਆਪਣੀ ਮਾਂ ਦੇ ਨਾਲ ਫੋਟੋ ਸ਼ੇਅਰ ਕਰਦਿਆਂ ਲਿਖਿਆ, ਅਲਵਿਦਾ ਮਾਂ, ਹੋਰ ਕੁਛ ਨਹੀਂ ਕਹਿਣ ਨੂੰ, ਬਸ ਤੂੰ ਮਰ ਕੇ ਵੀ ਮੇਰੀ ਫਿਕਰ ਹੀ ਕਰਨੀ ਆ, ਪਰ ਤੇਰਾ ਸਿਆਣਾ ਪੁੱਤ ਬਣਨ ਦੀ ਕੋਸ਼ਿਸ਼ ਕਰਦਾ ਰਹੂੰਗਾ। ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਸ਼ੈਰੀ ਮਾਨ ਦੇ ਮਾਤਾ ਜੀ ਬਿਮਾਰ ਚੱਲ ਰਹੇ ਸਨ ਅਤੇ ਉਹਨਾਂ ਦਾ ਹੌਸਪੀਟਲ ਵਿਖੇ ਇਲਾਜ ਚੱਲ ਰਿਹਾ ਸੀ, ਜਿਸ ਬਾਰੇ ਕਿ ਸ਼ੈਰੀ ਮਾਨ ਨੇ ਪਿਛਲੇ ਦਿਨ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ ਸੀ, ਜੋ ਵੀ ਦੋਸਤ ਮਿਲਦਾ ਹੈ ਉਹ ਪੁੱਛਦਾ ਹੈ ਕਿ ਮੈਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਐਕਟਿਵ ਕਿਉਂ ਨਹੀਂ ਹੈਗਾ। ਉਹਦਾ ਰੀਜ਼ਨ ਕਿ ਮੇਰੀ ਮਾਂ ਪਿਛਲੇ ਕਾਫੀ ਟਾਈਮ ਤੋਂ ਬਹੁਤ ਬਿਮਾਰ ਆ ਅਤੇ ਹੌਸਪੀਟਲ ਵਿੱਚ ਆ, ਮੇਰੀ ਮਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਪਰ ਜਦੋਂ ਉਹਦੀ ਆਪ ਸੁਖੀ ਹੋਣ ਦੀ ਵਾਰੀ ਆਈ। ਖੈਰ ਮੇਰੀ ਬੇਨਤੀ ਆ ਸਭ ਨੂੰ ਕਿ ਮੇਰੀ ਮਾਂ ਲਈ ਦੁਆਵਾਂ ਕਰਿਓ। ਮਾਂ ਮੈਂ ਜਲਦੀ ਆ ਰਿਹਾ ਤੇਰੇ ਕੋਲ, ਤੂੰ ਅੱਗੇ ਵੀ ਕਦੇ ਹੌਸਲਾ ਨਹੀਂ ਹਾਰਿਆ ਅਤੇ ਹੁਣ ਵੀ ਨਾ ਹਾਰੀ, ਤੂੰ ਠੀਕ ਹੋ ਜਾਣਾ, ਤੂੰ ਬਹੁਤ ਕੁਛ ਦੇਖਣਾ ਅਜੇ, ਬਾਬਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ। ਇਸ ਖਬਰ ਦੇ ਆਉਣ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਵਿੱਚ ਕਾਫੀ ਸਨਾਟਾ ਜਿਹਾ ਛਾ ਗਿਆ ਹੈ, ਕਿਉਂਕਿ ਸ਼ੈਰੀ ਮਾਨ ਨੂੰ ਪੂਰੀ ਇੰਡਸਟਰੀ ਵੀ ਬਹੁਤ ਜ਼ਿਆਦਾ ਪਿਆਰ ਕਰਦੀ ਹੈ। ਸੋ ਅਖੀਰ ਚੈਨਲ 17 ਦੀ ਪੂਰੀ ਟੀਮ ਸ਼ੈਰੀ ਮਾਨ ਦੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਅਤੇ ਪਰਮਾਤਮਾ ਪੂਰੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਬਿਊਰੋ ਰਿਪੋਰਟ, ਚੈਨਲ 17। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 17.com।